ਤੇ ਨਸ਼ੇ ਨੂੰ ਲੈ ਕੇ ਵਿਵਾਦਾਂ 'ਚ ਘਿਰੀ ਪੰਜਾਬ ਪੁਲਿਸ ਦੇ ਮਾਮਲੇ ਉੱਤੇ ਪੰਜਾਬ ਪੁਲਿਸ ਦੇ DGP ਸੁਰੇਸ਼ ਅਰੋੜਾ ਵੱਲੋਂ ਸਫਾਈ ਦਿੱਤੀ ਗਈ ਹੈ। DGP ਨੇ ਕਿਹਾ ਹੈ ਕਿ ਉਹਨਾਂ ਦੇ ਕੁਝ ਸਾਥੀ ਹੀ ਉਹਨਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੇ ਨੇ, ਪਰ ਉਹਨਾਂ ਦੇ ਕੋਲ ਅਜਿਹਾ ਕੋਈ ਵੀ ਸਬੂਤ ਨਹੀਂ ਹੈ। DGP ਨੇ ਕਿਹਾ ਹੈ ਕਿ ਉਹਨਾਂ ਦਾ ਕਿਸੇ ਵੀ ਰੈਕਟ ਨਾਲ ਕੋਈ ਸਬੰਧ ਨਹੀਂ। DGP ਦੇ ਨਾਲ ਖਾਸ ਗੱਲਬਾਤ ਕੀਤੀ ਇੰਡੀਆ ਨਿਊਜ਼ ਪੰਜਾਬ ਦੇ ਸਹਿਯੋਗੀ ਅਮਿਤ ਭਾਰਦਵਾਜ ਨੇ। ਸਾਡੇ ਨਾਲ ਇਸ ਵੇਲੇ DGP ਸੁਰੇਸ਼ ਅਰੋੜਾ ਮੌਜੂਦ ਨੇ। ਸਰ, ਕਾਫੀ ਸਾਰੇ ਸਵਾਲ, ਕਾਫੀ ਸਾਰੀਆਂ ਚੀਜ਼ਾਂ, ਕਾਫੀ ਸਾਰੇ ਨਿਊਜ਼ ਆਈਟਮ, ਉਹਨਾਂ ਸਾਰਿਆਂ ਦੇ ਹੁਣ ਟਾਈਮ ਹੈ ਇੰਡੀਆ ਨਿਊਜ਼ ਪੰਜਾਬ 'ਤੇ, ਤੁਸੀਂ ਰਿਸਪੋਂਡ ਕਰੋ ਉਹਨਾਂ ਨੂੰ। ਥੈਂਕ ਯੂ। ਇਨਫੈਕਟ ਦੇਖੋ, ਜਿਵੇਂ ਕਿ ਅਸੀਂ ਦੇਖ ਰਹੇ ਹਾਂ ਔਰ ਪੜ੍ਹ ਵੀ ਰਹੇ ਹਾਂ ਕਿ ਕਈ ਗੱਲਾਂ ਦੇ ਸਾਹਮਣੇ ਚੱਕੀਆਂ ਜਾ ਰਹੀਆਂ ਨੇ, ਯੂਨੋ ਪੰਜਾਬ ਪੁਲਿਸ, ਜੇ ਮੈਂ ਕਹਾਂ ਕਿ ਵੀ ਮੈਨੂੰ 36 ਸਾਲ, 2 ਮਹੀਨੇ 'ਚ 36 ਸਾਲ ਹੋ ਜਾਣਗੇ, ਔਰ ਮੈਂ ਇਹ ਫਕਰ ਨਾਲ ਕਹਿ ਸਕਦਾ ਕਿ ਵੀ ਇਸ ਫੋਰਸ ਦਾ ਮੈਂ ਲੜ, ਜਿਹਨੂੰ ਕਹਿੰਦੇ ਹਾਂ, 36 ਸਾਲ ਤੋਂ ਫੜਿਆ ਹੋਇਆ ਹੈ, ਔਰ ਇਹ ਮੈਂ ਇਸ ਫੋਰਸ ਨੂੰ ਤਦ ਜਾਣਨ ਲੱਗਾ ਜਦ ਪੰਜਾਬ ਦੇ ਵਿੱਚ ਅੱਤਵਾਦ ਦੇ ਕਾਲੇ ਸਾਏ ਛਾਏ ਪਏ ਸੀਗੇ, ਔਰ ਕਿਸ ਤਰੀਕੇ ਦੇ ਨਾਲ ਇਸ ਫੋਰਸ ਨੇ ਆਪਣੀ ਕੁਰਬਾਨੀਆਂ ਦੇ ਕੇ ਇੱਕ ਮਿਸਾਲ ਕਾਇਮ ਕੀਤੀ, ਇਕੱਲੇ ਭਾਰਤ ਵਿੱਚ ਹੀ ਨਹੀਂ ਵਰਲਡ ਦੇ ਵਿੱਚ, ਉਹਦੇ ਉੱਤੇ ਅੰਕੁਸ਼ ਲਗਾ ਕੇ ਉਹਨੂੰ ਖਤਮ ਕਰਕੇ। ਐਸੀ ਫੋਰਸ 'ਤੇ ਅੱਜ ਇਹ ਗੱਲ ਚੱਕੀ ਜਾਣੀ ਕਿ ਵੀ ਉਹ ਫੋਰਸ ਦੇ ਵਿੱਚ ਜਿਵੇਂ ਕਿ ਵੀ ਹੁਣ ਕੁਛ ਚੰਗਾ ਰਿਹਾ ਹੀ ਨਹੀਂ, ਇਸ ਮੈਨੂੰ ਜ਼ਰੂਰ ਇਸ ਚੀਜ਼ ਦਾ ਅਹਿਸਾਸ ਹੋਇਆ, ਅਫਸੋਸ ਹੋਇਆ, ਔਰ ਇਹੀ ਵਜ੍ਹਾ ਹੈਗੀ ਕਿ ਵੀ ਅੱਜ ਮੈਂ ਤੁਹਾਡੇ ਨਾਲ ਇਸ ਮੁੱਦੇ 'ਤੇ ਗੱਲ ਕਰ ਰਿਹਾ ਕਿ ਅਫਸਰਸ ਦੇ ਹਰ ਆਰਗਨਾਈਜੇਸ਼ਨ ਦੇ ਵਿੱਚ, ਮੈਂ ਵੁੱਡ ਸੇ ਕਿ ਬਈ ਯੂਨੋ ਐਬਰੇਸ਼ਨਸ ਹੁੰਦੀਆਂ ਨੇ, ਲੇਕਿਨ ਸਾਡਾ ਮਹਿਕਮਾ ਇੱਕ ਐਸਾ ਹੈਗਾ ਕਿ ਜਦ ਵੀ ਸਾਡੇ ਨੋਟਿਸ 'ਚ ਕੋਈ ਵੀ ਐਬਰੇਸ਼ਨ ਆਈ ਹੈ, ਉਹ ਅਸੀਂ ਹਮੇਸ਼ਾ ਉਹਨੂੰ ਬੜੀ ਸਖਤੀ ਦੇ ਨਾਲ ਨਜਿੱਠਿਆ, ਔਰ ਉਸ 'ਤੇ ਕਾਰਵਾਈ ਵੀ ਕੀਤੀ ਹੈ, ਅਸੀਂ ਕੇਸਿਸ ਵੀ ਰਜਿਸਟਰ ਕੀਤੇ ਹਾਂ, ਅਸੀਂ ਡਿਸਮਿਸ ਵੀ ਕਰ ਦਿੰਦੇ ਹਾਂ, ਅਸੀਂ ਕੰਪਲਸਰੀ ਰਿਟਾਇਰ ਵੀ ਕਰ ਦਿੰਦੇ ਹਾਂ, ਅਤੇ 80,000 ਦੀ ਫੋਰਸ ਦੇ ਮੋਰੈਲ ਨੂੰ ਔਰ ਮੋਟੀਵੇਸ਼ਨ ਨੂੰ ਯੂਨੋ ਇੰਟੈਕਟ ਰੱਖਣਾ ਬਤੌਰ DGP ਮੇਰਾ ਫਰਜ਼ ਹੈ। ਹੁਣ ਬਤੌਰ DGP ਮੇਰੇ ਸਾਹਮਣੇ ਦੋ ਸਿਚੁਏਸ਼ਨ ਆਈਆਂ। ਇੱਕ ਸਿਚੁਏਸ਼ਨ ਆਈ ਜਿਹਦੇ ਵਿੱਚ ਟਾਰਗੇਟ ਕਿਲਿੰਗ ਦੇ ਮਸਲੇ 'ਚ ਕਾਰਵਾਈ ਹੋਈ, ਕਿਸ ਦੀ ਕੀ ਕੰਟਰੀਬਿਊਸ਼ਨ ਹੈ ਉਹ ਇੱਕ ਐਸਟੈਬਲਿਸ਼ ਹੋਈ। ਦੂਜੀ ਸਿਚੁਏਸ਼ਨ ਆਈ ਕਿ 2013 ਦਾ ਕੋਈ ਮਸਲਾ ਜਿਹਦੇ 'ਚ ਮੈਂ ਉਸ ਟਾਈਮ ਬਤੌਰ DGP ਸੀਗਾ ਵੀ ਨਹੀਂ, ਉਹ 2013 ਦੇ ਮਸਲੇ ਦੇ ਦੌਰਾਨ ਕੁਛ ਐਲੀਗੇਸ਼ਨ ਲੱਗੇ ਜਿਹੜੇ ਕਿ ਅੱਜ ਦੀ ਡੇਟ 'ਚ ਹਲੇ ਸਾਬਤ ਹੋਏ ਨਹੀਂ। SIT ਬਣੀ, SIT ਕਿਹਦੇ ਕਹਿਣ 'ਤੇ ਬਣੀ? ਦਾ ਆਫਿਸਰ ਹਿਮਸਲ ਵੈਂਟ ਟੂ ਦੀ ਕੋਰਟ ਐਂਡ ਰਿਕੁਐਸਟਡ ਫੋਰ ਦੀ ਕੋਨਸਟੀਟਿਊਸ਼ਨ ਆਫ ਦੀ SIT। ਸੋ ਉਹ ਜਦ SIT ਬਣੀ, ਉਹਨਾਂ ਨੇ ਆਪਣੀ ਰਿਪੋਰਟ ਸਬਮਿਟ ਕਰਤੀ, ਔਰ ਯੂਨੋ ਹਲੇ ਉਸ ਉੱਤੇ ਜੁਡੀਸ਼ਲ ਵਰਡਿਕਟ ਆਉਣਾ ਹੈ। ਮੇਰਾ ਖਿਆਲ ਹੈ ਕਿ ਵੀ ਮੈਟਰ ਬੀਇੰਗ ਸਬਜੁਡੀਸ ਹੋਣ ਕਰਕੇ ਸਾਨੂੰ, ਅਸੀਂ ਉਹਦੇ ਉੱਤੇ ਕੋਈ ਟਿੱਪਣੀ ਕਰੀਏ,